ਪਹਿਲਾਂ ਤਾਂ ਸਰਕਾਰ ਨੂੰ ਅਪੀਲ ਹੈ ਵੀ ਤੁਸੀਂ ਬੰਦਿਆਂ ਨੂੰ ਸਲਾਹ ਕਰਾ ਲਿਆ ਕਰੋ ਆਪਣੇ ਵਿੱਚ ਜਾ ਕੇ ਬੋਲਣਾ ਕੀ ਹੈ। ਸਾਡੇ ਨਾਲ ਗੁੱਡ ਕੌਪ ਬੈਡ ਕੌਪ ਵਾਲੀ ਥਿਊਰੀ ਨਾ ਖੇਡੋ। ਇਹ ਥਿਊਰੀ ਅਮਰੀਕਾ 'ਚ ਵਰਤੀ ਜਾਂਦੀ ਹੈ। ਬੰਦੇ ਕਿਸੇ ਨੂੰ ਪੁੱਛਣਾ ਹੋਵੇ ਕੁਛ, ਕੋਈ ਮੁਜਰਮ ਫੜਿਆ ਹੋਵੇ ਉਹਦੇ ਕੋਲ ਪੁੱਛਗਿੱਛ ਕਰਨੀ ਹੋਵੇ, ਇੱਕ ਪੁਲਿਸ ਵਾਲਾ ਉੱਥੇ ਚੰਗਾ ਬਣ ਕੇ ਆ ਜਾਂਦਾ, ਦੂਜਾ ਮਾੜਾ ਬਣ ਕੇ ਆ ਜਾਂਦਾ। ਮਾੜੇ ਬਣੇ ਪੁਲਿਸ ਵਾਲੇ ਪਹਿਲਾਂ ਦਬਕਾ ਮਾਰਦਾ, ਫਿਰ ਮਗਰੋਂ ਚੰਗਾ ਆਉਂਦਾ ਵੀ ਕੋਈ ਨਹੀਂ ਮੈਂ ਤੇਰੇ ਨਾਲ ਹੀ ਹਾਂ, ਅਤੇ ਜਿਹੜੇ ਭੁਲੇਖੇ 'ਚ ਫਸ ਜਾਂਦੇ ਆ ਉਹ ਸਾਰਾ ਕੁਛ ਦੱਸ ਪੈਂਦੇ ਉੱਥੇ। ਸੋ ਇਹੋ ਜਿਹੇ ਚਾਲ 'ਚ ਸਰਕਾਰ ਦੀ 'ਚ ਕਿਸੇ ਨੇ ਨਹੀਂ ਆਉਣਾ। ਜੇ ਕਰਤਾਰ ਸਿੰਘ ਸੰਧਵਾਂ ਇੱਥੇ ਇਹ ਕਹਿਣ ਦੀ ਜ਼ਰੂਰਤ ਰੱਖਦਾ ਵੀ ਭਾਈ ਮਹਾਰਾਜ ਰਣਜੀਤ ਸਿੰਘ ਦਾ ਰਾਜ ਏਡਾ ਵਧੀਆ ਸੀ ਅਤੇ ਫਿਰ ਜਿਹੜੇ ਰਾਜ ਮੰਗਣ ਵਾਲੇ ਆ ਅਤੇ ਇਹਨਾਂ ਦਾ ਇੱਕ MLA ਉੱਠ ਕੇ ਕਹਿੰਦਾ ਅੰਮ੍ਰਿਤਪਾਲ ਨੂੰ ਜੇਲ੍ਹ 'ਚ ਸੁੱਟ ਦਿਓ, ਹੁਣ ਉਹ ਕਹਿੰਦਾ ਵੀ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ। ਪਹਿਲੀ ਗੱਲ ਧਮਕੀ ਪਤਾ ਨਹੀਂ ਕਿਹਨੇ ਦਿੱਤੀ ਹੈ, ਪਰ ਤੁਹਾਡੀ ਜ਼ਬਾਨ ਨੂੰ ਜਦੋਂ ਕੋਈ ਬਲ ਪੈ ਜਾਂਦਾ ਤੁਸੀਂ ਬੋਲਦੇ ਕਿਉਂ ਜੋ? ਖਾਲਿਸਤਾਨ ਦੀ ਗੱਲ ਕਰਨ ਦੇ ਉੱਤੇ ਸੁਪਰੀਮ ਕੋਰਟ ਨੂੰ ਇਤਰਾਜ਼ ਨਹੀਂ ਅਤੇ MLA ਸੁਪਰੀਮ ਕੋਰਟ ਤੋਂ ਵੱਡਾ? ਜੇ ਵੱਡਾ ਨਹੀਂ ਅਤੇ ਇਹ ਕਰਤਾਰ ਸਿੰਘ ਸੰਧਵਾਂ ਹੁਣ ਤਾਂ ਮੈਨੂੰ ਲੱਗਦਾ ਇੱਥੇ ਹੈ ਨਹੀਂ, ਚੱਲ ਗਿਆ। ਇਹਨਾਂ ਨੇ ਇਹਨਾਂ ਨੂੰ ਪੁੱਛੋ।